ਜਿਹੜੀ ਸਰਕਾਰ ਆ ਨਾ, ਜਿਹੜੇ ਚੋਰ ਆ, ਜਿਹੜੇ ਚੋਰ ਆ ਉਹਨਾਂ ਨੂੰ ਕੱਖ ਨਹੀਂ ਕਹਿੰਦੀ। ਜੇ ਉਹ ਬੰਦੇ ਨੇ ਗਲਤ ਕੀ ਕੀਤਾ, ਉਹ ਬੰਦਾ ਸੋਸ਼ਲ ਮੀਡੀਆ ਤੋਂ ਮੇਰੇ ਹਿਸਾਬ ਨਾਲ ਨੂੰ ਮਹੀਨੇ ਦਾ ਕੋਈ 10-12 ਲੱਖ ਆਉਂਦਾ ਹੋਊਗਾ, ਹੈ ਨਾ? ਬਿਲਕੁਲ ਬਿਲਕੁਲ 10,000 ਮੰਗੂਗਾ ਕਿਸੇ ਤੋਂ। ਤੁਸੀਂ ਐਂ ਦੱਸੋ ਵੀ ਜਿਹਨੂੰ ਆਮਦਨ 15-20 ਲੱਖ ਮਹੀਨੇ ਦੀ ਆਮਦਨ ਆ ਨਾ, ਉਹ ਬੰਦਾ ਚੈਨ ਖਾਊਗਾ, ਹੈ ਨਾ? ਬਿਨਾਂ ਗੱਲ ਤੋਂ ਧੱਕਾ ਕਰੀ ਜਾਂਦੇ ਆ, ਹੁਣਾ ਕੁਛ ਨਹੀਂ ਕਹਿੰਦਾ। ਗੱਲ ਪਤਾ ਕੀ ਹੈ, ਜਿਹੜੇ ਆਪਣੇ ਕੌਮ ਦੇ ਹੀਰੇ ਨੇ ਨਾ, ਭਾਈ ਅੰਮ੍ਰਿਤਪਾਲ ਸਿੰਘ ਹਾਂਜੀ 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 ਤੇ ਭਾਈ ਦੀਪ ਸਿੱਧੂ ਹੋ ਗਏ ਹਾਂਜੀ, ਤੇ ਹੁਣ ਅੱਖ ਆ ਗਈ ਆ ਆਪਣੇ ਭਾਨਾ ਸਿੱਧੂ ਤੇ। ਬਿਲਕੁਲ ਠੀਕ ਆ ਜੀ, ਲੱਖਾਂ ਸਦਾਣਾ ਭਾਈ, ਨੈਕਸਟ ਟਾਰਗੇਟ ਹੀ ਉਹ ਕੋਈ 10 ਕਰੋੜ ਦਾ ਹੁੰਦੇ ਤੇ ਪਾਉਂਦੇ, ਇਹਨੇ 10 ਕਰੋੜ ਕਿਸੇ ਤੇ ਮੰਗਿਆ, ਫਿਰ ਤਾਂ ਆਪਾਂ ਕੋਈ ਮੰਨਦੇ ਵੀ। ਉਹ 10,000 ਰੁਪਏ ਕੀ ਚੀਜ਼ ਆ, 10,000 ਦੀ ਉਹਦੇ ਘਰੇ ਰੋਜ਼ ਚਾਹ ਬਣ ਜਾਂਦੀ ਆ, ਵੀ ਭਾਵੇਂ ਦੇ ਖਰਚੇ ਪਈ ਜਾਂਦੇ ਆ ਤੇ ਲੋਕ ਆਪ ਘਰੇ ਵੜ ਕੇ। ਹੁਣ ਜਿਹਨੇ 15 ਲੱਖ ਜਿੰਦਾ ਦਵਾਇਆ ਉਹਦੇ 'ਚੋਂ 5 ਵੀ ਲਾਵੇ ਪਿੱਛੇ ਆ ਗਏ, ਉਹਦੇ ਘਰਦਿਆਂ ਨੂੰ ਪੈਸੇ ਦੇ ਰਹੇ, ਅਸੀਂ ਨਾਲ ਖੜੇ ਹਾਂ, ਜ਼ਮਾਨਤ ਅਸੀਂ ਕਰਾਵਾਂਗੇ, ਪਿੱਛੋਂ ਤੱਕ ਜਾਵਾਂਗੇ, ਪਰ ਲੋਕ ਨਹੀਂ ਖੜਦੇ। ਜਿਹੜੀ ਉਹਦੀ ਯਾਤਰਾ ਚਲਾਈ ਸੀਗੀ ਕਿ ਉਹਦਾ ਨਾਮ ਪੰਜਾਬ ਬਚਾਓ ਯਾਤਰਾ ਹੈ ਨਾ, ਉਹ ਵੀ ਭੰਗ ਕੀਤੀ, ਬੜੇ ਰੂਹ ਨਾਲ ਭੰਗ ਕੀਤੀ ਹੈ ਨਾ ਭਗਵੰਤ ਮਾਨ ਜੀ ਨੇ। ਚਲੋ ਜੀ ਤਾਂ ਲਾਉਣਾ ਪੈਂਦਾ ਫਿਰ ਵੀ, ਹੈ ਨਾ, ਪੰਜਾਬ ਦੀ ਕਿੰਨੀ ਨੌਜਵਾਨੀ ਉਹਨੀ ਸਹੀ ਰਾਹ ਪਾਈ, ਤਾਂ ਕਿਸੇ ਨੂੰ ਆਵਾਜ਼ ਚੱਕਣ ਵਾਲੇ ਨੂੰ ਆਵਾਜ਼ ਦੱਬਦੀ ਹੈ ਜੀ, ਜਿੰਨਾ ਮਰਜ਼ੀ ਪੰਜਾਬ ਦਾ ਕਰ ਲਓ। ਉਸ ਬੰਦੇ ਨੇ ਫੋਨ ਕਰਕੇ ਬੰਦੇ ਇਕੱਠੇ ਕਰਕੇ ਪੈਸੇ ਦਵਾ ਦਿੱਤੇ, ਉਹਦੇ ਲਈ ਤਾਂ ਰੱਬ ਦਾ ਰੂਪ ਹੈ, ਉਹ ਪਿੱਛੋਂ ਪ੍ਰੈਸ਼ਰ ਆ ਰਿਹਾ, ਹਾਂਜੀ ਹਾਂਜੀ ਚੈਨੀ ਚੋਰੀ ਕਰ ਲਈ। ਮੈਂ ਕਹਿੰਦਾ ਜੀ ਭਗਵੰਤ ਮਾਨ ਨੇ ਮੇਰੀ ਦੇਹ 'ਚੋਂ 1 ਲੱਖ ਰੁਪਇਆ ਚੋਰੀ ਕਰ ਲਿਆ, ਜਾ ਕੇ ਭਗਵੰਤ ਮਾਨ ਨੂੰ ਮੜੋ ਫੜ ਲਿਆ ਕੋਈ, ਉਹ ਐਵੇਂ ਇੱਕ ਨਾ ਲਾਕ ਲਾ ਕੇ ਉਹਨੂੰ ਜਿਵੇਂ ਅੰਦਰ ਕੀਤਾ ਗਿਆ ਅੰਦਰ ਕਰ ਦਿੱਤਾ। ਇਹ ਵੀ ਇਲਜ਼ਾਮ ਆਇਆ ਕਿ ਉਹਨਾਂ ਨੇ ਚੇਨ ਚੋਰੀ ਕੀਤੀ ਸੀ ਸੋਨੇ ਦੀ। ਦੇਖੋ ਜੀ ਸਭ ਗੱਲਾਂ ਨੇ, ਜਦ ਬੰਦਾ ਸੱਚ ਦੇ ਰਾਹ ਤੇ ਤੁਰਦਾ ਨਾ ਤਾਂ ਰਾਹ 'ਚ ਕੰਡੇ ਬਹੁਤ ਫੈਲਦੇ। ਬਿਲਕੁਲ ਬਿਲਕੁਲ, ਤੇ ਹੁਣ ਜਦੋਂ ਸੱਚ ਦਾ ਰਾਹ ਚੱਲ ਹੀ ਰਿਹਾ ਤਾਂ ਹੁਣ ਇਹ 'ਚ ਕੰਡੇ ਨੇ ਜਿਹੜੇ ਆ ਉਹ ਤੁਸੀਂ ਦੇਖ ਹੀ ਰਹੇ। ਬਿਲਕੁਲ ਬਿਲਕੁਲ, ਦੇਖ ਭਾਈ ਅੰਮ੍ਰਿਤਪਾਲ ਸਿੰਘ ਸੀਗੇ, ਹਾਂਜੀ ਹਾਂਜੀ, ਉਹ ਜਦੋਂ ਹੱਕ ਸੱਚ ਦੇ ਰਾਹ ਤੇ ਤੁਰੇ ਕੰਡੇ ਵਿਛਾਏ, ਹੁਣ ਜੇਲ੍ਹ 'ਚ ਮਿਲੇ। ਬਿਲਕੁਲ ਬਿਲਕੁਲ, ਹੁਣ ਉਹ ਵੀ ਭਾਨੇ ਸਿੱਧੂ ਨਾਲ ਹੋ ਰਿਹਾ। ਚੇਨ ਚੋਰੀ ਕੀਤੀ ਹੈ ਸੋਨੇ ਦੀ, ਉਹਦੇ ਬਾਰੇ ਤੁਸੀਂ ਕੀ ਕਹਿਣਾ? ਚੇਨ ਚੋਰੀ ਕਰਕੇ ਕਰੂੰਗਾ ਮੈਂ, ਦੱਸੋ ਤੁਸੀਂ ਆਪ ਸਿਆਣੇ ਹੋ, ਇਹ ਚੀਜ਼ ਦਾ ਕੋਈ ਤੁੱਕ ਬਣਦਾ? ਬੰਦਾ ਇੰਨੇ ਲੱਖਾਂ ਪੈਸੇ ਛਡਾਏ ਆ, ਇੰਨਾ ਕੁਛ ਉਹਨੇ ਕਰਾਤਾ, ਉਹ ਕਿੱਥੇ ਚੇਨ ਖੋਲੂਗਾ ਜੀ? ਹੁਣ ਇਹ ਚੀਜ਼ਾਂ ਚਿੱਟਾ ਹੋ ਗਿਆ ਜਾਂ ਹੋਰ ਕਈ ਚੀਜ਼ਾਂ ਹੈ, ਉਹ ਬੰਦ ਹੋ ਸਕਦੀਆਂ, ਕਿੱਦਾਂ ਹੋ ਸਕਦੀਆਂ? ਉਹ ਇਹ ਸਰਕਾਰਾਂ ਹੀ ਜਾਣ ਸਕਦੀਆਂ, ਸਰਕਾਰਾਂ ਦਾ ਇਹਨਾਂ ਨੇ ਕੰਮ ਉੱਥੇ ਹੀ ਕਰੇ ਆ। ਜੱਦੀ ਸਰਕਾਰ ਬਣੀ ਹੈ, ਪਹਿਲਾਂ ਤਾਂ ਦੀਪ ਸਿੱਧੂ ਮਾਰਿਆ ਨਾ ਸਾਡਾ, ਠੀਕ ਹੈ ਜੀ, ਉਸ ਤੋਂ ਬਾਅਦ ਨੰਗਲ ਅੰਬੀਆਂ ਕਬੱਡੀ ਦਾ ਪਲੇਅਰ ਆਉਂਦਾ ਸੀਗਾ ਬਾਈ, ਉਹ ਸਾਡਾ ਉਹ ਬਾਈ ਮਾਰਿਆ ਨੇ, ਉਹ ਤੋਂ ਬਾਅਦ ਸਿੱਧੂ ਮੂਸੇ ਵਾਲਾ ਬਾਈ ਮਾਰਿਆ, ਹਜੇ ਤੱਕ ਇਨਸਾਫ ਤਿੰਨਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ। ਹੁਣ ਭਾਨੇ ਨੂੰ ਵੀ ਕੁਛ ਨਾ ਕੁਛ ਕਰੂੰਗੇ, 100% ਸ਼ੋਰ ਹੈ। ਸਾਚੀ ਇੱਕ ਸਹੀ ਚੀਜ਼ ਹੈ ਜਿਹਦੇ ਨਾਲ ਲਾ ਕੇ ਬੰਦਾ ਜਾ ਸਕਦਾ। ਬਿਲਕੁਲ, ਝੂਠ ਦੇ ਨਾਲ ਨਾ ਕੋਈ ਖੜਾ ਹੁੰਦਾ ਜੀ, ਨਾਲੇ ਝੂਠ ਰੈਂਡ ਵੀ ਤੁਹਾਨੂੰ ਪਤਾ। ਬਿਲਕੁਲ ਬਿਲਕੁਲ, ਖਤਮ। ਜਿਹੜਾ ਬੰਦਾ ਮਤਲਬ ਕਿ ਮਸ਼ਹੂਰ ਹੁੰਦਾ ਪੰਜਾਬ ਦੇ ਵਿੱਚ, ਉਹਨੂੰ ਜਾਂ ਤਾਂ ਜੇਲ੍ਹ 'ਚ ਪਾ ਦਿੱਤਾ ਜਾਂਦਾ ਜਾਂ ਤਾਂ ਖਤਮ ਕਰ ਦਿੱਤਾ ਜਾਂਦਾ। ਬਿਲਕੁਲ, ਉਹਨਾਂ ਨੇ ਖੁਦ ਕਿਹਾ ਇੱਕ ਬੰਦੇ ਦੇ ਇੰਟਰਵਿਊ ਵੀ ਆਈ ਸੀ, ਬੰਦਾ ਕਹਿ ਰਿਹਾ ਇਹਨੇ ਮੇਰੇ ਐਨੇ ਪੈਸੇ ਦਵਾ ਤੇ, ਠੀਕ ਹੈ, ਬੰਦਾ ਕਹਿ ਰਿਹਾ ਬੰਦੇ ਨੇ 1 ਰੁਪਇਆ ਵੀ ਨਹੀਂ ਲਿਆ ਸੀ, 1 ਲੱਖ ਰੁਪਇਆ ਦੇਣਾ ਵੀ 'ਚ ਆਇਆ ਨਾ, ਉਹ ਬੰਦੇ ਨੇ ਗੱਡੀਆਂ 'ਚ ਤੇਲ ਵੀ ਗਿਆ, ਉਹ ਵੀ ਨਹੀਂ ਕਹਿ ਰਿਹਾ, ਉਹਨੇ ਉਹ ਤੋਂ ਵੀ ਮਨਾ ਕਰਦਾ, ਚਾਹ ਵੀ ਨਹੀਂ ਪੀਤੀ, ਉਹ 10,000 ਯਾਰ ਚੈਨੀ ਕਿੱਦਾਂ ਖੋਲੇਗਾ ਬੰਦਾ? ਪੰਜਾਬ ਦੇ ਯੂਥ ਨੂੰ ਕਿਹਾ ਸੀ ਕਿ ਕੰਮ ਕਾਰ ਦੇ ਵਿੱਚ ਪੰਜਾਬ ਦੇ ਯੂਥ ਨੂੰ ਹੀ ਅੱਗੇ ਲੈ ਕੇ ਆਉਣਾ ਜਾਵੇ, ਬਾਹਰਲੇ ਬੰਦੇ ਨੂੰ ਨਾ ਲੈ ਕੇ ਆ ਜਾਵੇ ਪਹਿਲਾਂ, ਹਾਂਜੀ ਪਹਿਲਾਂ ਪੰਜਾਬੀਆਂ ਨੂੰ ਕੰਮ ਦਵਾਇਆ ਜਾਵੇ। ਭਾਣੇ ਸਿੱਧੂ ਨਾਲ ਬੜਾ ਗਲਤ ਹੋ ਰਿਹਾ ਜੀ, ਠੀਕ ਆ, ਜਿੰਨਾ ਸਰਕਾਰ ਕਰ ਰਹੀ ਉਹ ਬੜਾ ਗਲਤ ਕਰ ਰਹੀ ਹੈ। ਹੁਣ ਸਰਕਾਰ ਨੂੰ ਸਿੱਧਾ ਪੈਸਾ ਚੜਦਾ ਏਜੰਟਾਂ ਵੱਲੋਂ, ਠੀਕ ਹੈ, ਤਾਂ ਹੀ ਇਹ ਸੱਚ ਦੇ ਪਰਚੇ ਪਾਉਂਦੇ ਆ ਜਿਹੜੇ ਸੱਚ ਦੇ ਖਿਲਾਫ ਚੱਲਦੇ। ਅੱਜ ਤੱਕ ਬਾਈ ਨੇ 50 ਕਰੋੜ ਰੁਪਇਆ ਲੋਕਾਂ ਦਾ ਵਾਪਸ ਉਡਵਾ ਤਾ। ਮੈਡਮ ਜੀ ਨੇ 10,000 ਦਾ ਪਰਚਾ ਪਾਇਆ, ਉਹ ਫਰੰਟ ਐਰ ਵਾਲੀ ਹੈ, ਫਰੰਟ ਐਰ ਇਮੀਗ੍ਰੇਸ਼ਨ ਵਾਲੀ, ਜਿਹਨਾਂ ਨੇ ਬੋਰਡ ਬਦਲਿਆ ਹੋਇਆ ਉਹਦੇ ਉੱਪਰ ਆਪ ਪਰਚਾ ਚੱਲ ਰਿਹਾ। ਜਿਵੇਂ ਅਸੀਂ ਕੋਈ ਬੰਦਾ ਤਰੱਕੀ ਕਰਦਾ ਨਾ, ਲੋਕਾਂ ਲਈ ਭਲੇ ਲਈ ਸੋਚਦਾ ਹੈ, ਫਿਰ ਉਹਦੇ ਦੁਸ਼ਮਣ ਵੱਲੋਂ ਵੱਲੀ ਬਣ ਜਾਂਦੇ। ਬਿਲਕੁਲ ਬਿਲਕੁਲ ਬਣ ਜਾਂਦੇ। ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਕਿੰਨਾ ਕੁਛ ਹੋ ਰਿਹਾ, ਕਰਪਸ਼ਨ ਹੋ ਰਹੀ, ਜਿਵੇਂ ਹੁਣ ਏਜੰਟ ਤੋਂ ਕਿੰਨੇ ਦੇ ਪੈਸੇ ਵਾਪਸ ਕਰਵਾਏ ਨੇ, ਤਾਂ ਉਹ ਬੰਦਾ ਬਾਹਰ ਆਉਣਾ ਚਾਹੀਦਾ।